ਪਿੰਡ ਸਰਪੰਚੀ ਦਾ ਜ਼ੋਰ ਜਿਹੜਾ ਠਾਠਾ ਮਾਰ ਰਿਹਾ, ਅੱਜ ਨਾਮਜ਼ਦਗੀਆਂ ਦਾ ਆਖਰੀ ਦਿਨ ਵੀ ਹੈ ਔਰ ਹੰਗਾਮੇਦਾਰ ਨਾਮਜ਼ਦਗੀਆਂ ਦਾ ਜੋ ਆਖਰੀ ਦਿਨ ਹੈ ਫਿਰੋਜ਼ਪੁਰ ਦੇ ਮਮਦੋਟ ਦੇ ਵਿੱਚ ਝੜਪ ਵੇਖੀ ਗਈ ਹੈ। ਮਮਦੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਝੜਪ ਹੋਈ ਹੈ। ਨਾਮਜ਼ਦਗੀ ਭਰਨ ਦੇ ਲਈ ਇੱਥੇ ਉਮੀਦਵਾਰ ਆਏ ਸਨ ਔਰ ਦੋ ਧਿਰਾਂ ਹੱਥੋਂ ਪਾਈ ਤੇ ਉੱਤਰ ਆਈਆਂ, ਤਾਂ ਹੱਥੋਂ ਪਾਈ ਦੀ ਵੀਡੀਓ ਵੀ ਜਿਹੜੀ ਹੈ ਸਾਹਮਣੇ ਆਈ ਹੈ। ਪੰਚਾਇਤੀ ਚੋਣਾਂ ਦੇ ਲਈ ਅੱਜ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ। ਦੱਸ ਦਈਏ ਕਿ ਚੌਥੇ ਤੇ ਆਖਰੀ ਦਿਨ ਉਮੀਦਵਾਰ ਹੁਬ ਹੁਬਾ ਕੇ ਜਿਹੜੇ ਨੇ ਨਾਮਜ਼ਦਗੀ ਭਰਨ ਦੇ ਲਈ ਪਹੁੰਚ ਰਹੇ ਨੇ, ਪਰ ਇਸੇ ਦਰਮਿਆਨ ਝੜਪ ਜਿਹੜੀ ਹੈ ਉਹ ਵੀ ਵੇਖੀ ਜਾ ਰਹੀ ਹੈ। ਹਾਲਾਂਕਿ ਪਿਛਲੇ 3 ਦਿਨਾਂ ਦੇ ਵਿੱਚ ਵੀ ਅਜਿਹੀਆਂ ਖਬਰਾਂ ਲਗਾਤਾਰ ਸਾਹਮਣੇ ਆਈਆਂ, ਉੱਥੇ ਹੀ ਇੱਕ ਦੂਜੀਆਂ ਧਿਰਾਂ ਦੇ ਉੱਤੇ ਇਲਜ਼ਾਮਬਾਜ਼ੀ ਜਿਹੜੀ ਹੈ ਕੀਤੀ ਗਈ, ਇਲਜ਼ਾਮ ਲਗਾਏ ਗਏ, ਤਾਂ ਫਿਰੋਜ਼ਪੁਰ ਦੇ ਮਮਦੋਟ ਦੇ ਵਿੱਚ ਮੁੜ ਤੋਂ ਇਹ ਝੜਪ ਹੋਈ ਹੈ। ਵੀਡੀਓ ਵੀ ਜਿਹੜੀ ਸਾਹਮਣੇ ਆਈ, ਦੋ ਧਿਰਾਂ ਜੋ ਕਿ ਨਾਮਜ਼ਦਗੀ ਦਾਖਲ ਕਰਨ ਦੇ ਲਈ ਆਈਆਂ ਸੀ ਆਪਸ ਦੇ ਵਿੱਚ ਹੀ ਭਿੜ ਗਈਆਂ ਔਰ ਵੇਖਿਆ ਗਿਆ। ਹਾਲਾਂਕਿ ਆਸ ਪਾਸ ਦੇ ਲੋਕ ਜਿਹੜੇ ਨੇ ਉਹ ਵੀ ਵੇਖਦੇ ਰਹੇ। ਪੁਲਿਸ ਨੂੰ ਮੌਕੇ 'ਤੇ ਇਤਲਾਹ ਦਿੱਤੀ ਗਈ, ਪੁਲਿਸ ਵੀ ਪਹੁੰਚੀ ਅਤੇ ਇਹਨਾਂ ਦੋਵਾਂ ਧਿਰਾਂ ਨੂੰ ਸ਼ਾਂਤ ਕਰਾਉਣ ਦੇ ਯਤਨਾਂ ਦੇ ਵਿੱਚ ਰੁੱਝ ਗਏ। ਤਾਂ 3 ਵਜੇ ਤੱਕ ਅੱਜ ਨਾਮਜ਼ਦਗੀ ਜਿਹੜੀ ਹੈ ਉਹ ਦਾਖਲ ਕੀਤੀ ਜਾਣੀ ਹੈ ਔਰ ਉਸੇ ਦੇ ਵਿੱਚ ਵਾਲੇ ਵੇਖਿਆ ਗਿਆ ਕਿ ਝੜਪ ਜਿਹੜੀ ਹੈ ਉਹ ਵੀ ਬਰਕਰਾਰ ਹੈ। ਤਾਂ 3 ਵਜੇ ਤੱਕ ਦਾ ਸਮਾਂ ਜਿਹੜਾ ਅੱਜ ਉਹ ਹੈਗਾ ਨਾਮਜ਼ਦਗੀਆਂ ਭਰਨ ਦਾ, ਪਰ ਇਸ ਦੇ ਵਿਚਾਲੇ ਅਜਿਹੀਆਂ ਤਸਵੀਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ। ਲੋਕਾਂ ਦੀ ਭੀੜ ਉਮੜੀ ਹੋਈ ਹੈ ਕਿਉਂਕਿ ਅੱਜ ਨਾਮਜ਼ਦਗੀਆਂ ਦਾ ਆਖਰੀ ਦਿਨ ਆ ਔਰ ਹਰ ਇੱਕ ਉਮੀਦਵਾਰ ਦੀ ਇਹ ਕੋਸ਼ਿਸ਼ ਹੈ ਕਿ ਉਹ ਅੱਜ ਨਾਮਜ਼ਦਗੀ ਜਿਹੜੀ ਹੈ ਦਾਖਲ ਕਰ ਦੇਵੇ, ਕਿਉਂਕਿ ਇਸ ਤੋਂ ਪਹਿਲਾਂ ਜਿਹੜੇ 3 ਦਿਨ ਰਹੇ ਨੇ ਉਹਨਾਂ ਦੇ ਵਿੱਚ ਵੀ ਵੇਖਿਆ ਗਿਆ ਲਗਾਤਾਰ ਝੜਪਾਂ ਹੋਈਆਂ ਔਰ ਅੱਜ ਵੀ ਇਹ ਵੀਡੀਓ ਜਿਹੜੀ ਹੈ ਸਾਹਮਣੇ ਆਈ, ਕਿਉਂਕਿ ਸਵੇਰ ਤੋਂ ਹੀ ਲਾਈਨਾਂ ਦੇ ਵਿੱਚ ਜਿਹੜੇ ਉਮੀਦਵਾਰ ਨੇ ਉਹ ਲੱਗਣੇ ਸ਼ੁਰੂ ਹੋ ਚੁੱਕੇ ਨੇ ਔਰ ਸਵੇਰ ਤੋਂ ਹੀ ਉਹਨਾਂ ਦੀ ਕੋਸ਼ਿਸ਼ ਹੈ ਕਿ ਅਸੀਂ ਨਾਮਜ਼ਦਗੀ ਜਿਹੜੀ ਹੈ ਦਾਖਲ ਕਰ ਦਈਏ। ਤਾਂ ਸਾਡੇ ਸਹਿਯੋਗੀ ਸਨੀ ਚੋਪੜਾ ਸਾਡੇ ਨਾਲ ਲਗਾਤਾਰ ਬਣੇ ਹੋਏ ਨੇ। ਸਨੀ, ਜਾਣਨਾ ਚਾਹਾਂਗੇ ਜਿਸ ਤਰ੍ਹਾਂ ਅੱਜ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ ਔਰ ਵੇਖਿਆ ਗਿਆ ਕਿ ਆਖਰੀ ਦਿਨ ਵੀ ਇਸ ਤਰ੍ਹਾਂ ਝੜਪ ਜਿਹੜੀ ਹੋ ਰਹੀ ਹੈ, ਕਿਉਂਕਿ ਹਰ ਇੱਕ ਉਮੀਦਵਾਰ ਦੀ ਇਹੀ ਕੋਸ਼ਿਸ਼ ਹੈ ਕਿ ਅਸੀਂ ਨਾਮਜ਼ਦਗੀ ਦਾਖਲ ਕਰ ਦਈਏ। ਬਿਲਕੁਲ ਸ਼ਰਮਿਲਾ, ਫਿਰੋਜ਼ਪੁਰ ਦੀ ਗੱਲ ਕਰਦੇ ਹਾਂ ਕਿਉਂਕਿ ਪੰਚਾਇਤੀ ਚੋਣਾਂ ਹੈ ਤੇ ਅੱਜ ਅਖੀਰਲਾ ਦਿਨ ਨੋਮੀਨੇਸ਼ਨ ਨੂੰ ਲੈ ਕੇ ਹੈਗਾ। ਤਾਂ ਨੋਮੀਨੇਸ਼ਨ ਨੂੰ ਲੈ ਕੇ ਸਵੇਰ ਤੋਂ ਹੀ ਜਿਹੜੀਆਂ ਲੰਬੀਆਂ ਕਤਾਰਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਵੱਖ ਵੱਖ ਥਾਵਾਂ ਦੇ ਉੱਪਰ ਜਿੱਥੇ ਨੋਮੀਨੇਸ਼ਨ ਫਾਈਲ ਹੋ ਰਹੀ ਹੈ। ਤਾਂ ਫਿਰੋਜ਼ਪੁਰ ਦੇ ਕਸਬਾ ਮਮਦੋੜ ਦੇ ਵਿੱਚ ਵੀ ਝੜਪ ਦੀ ਜਿਹੜੀ ਖਬਰ ਹੈ ਉਹ ਸਾਹਮਣੇ ਆਈ ਹੈਗੀ ਹੈ, ਜਿੱਥੇ ਝੜਪ ਹੋਈ ਹੈ ਔਰ ਝੜਪ ਦੇ ਦੌਰਾਨ ਪਹਿਲਾ ਖੂਨ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਹੈ। ਹਾਲਾਂਕਿ ਇਹ ਵੀਡੀਓ ਜਿਹੜੀ ਆ ਉਹ ਮਮਦੋੜ ਦੀ ਹੈਗੀ ਆ, ਮਮਦੋੜ ਦੇ ਵਿੱਚ ਸਾਹਮਣੇ ਆਈ ਹੈਗੀ ਆ। ਔਰ ਜਦੋਂ ਅਸੀਂ ਜੀਰਾ ਦੀ ਗੱਲ ਕਰਦੇ ਹਾਂ, ਜੀਰਾ ਦੇ ਵਿੱਚ ਪਹਿਲੇ ਜਦੋਂ 2 ਦਿਨ ਪਹਿਲਾਂ ਜਿਹੜੀ ਹੈ ਝੜਪ ਹੋਈ ਸੀ, ਉਸ ਤੋਂ ਬਾਅਦ ਪੁਲਿਸ ਨੇ ਇੱਥੇ ਜਿਹੜੇ ਆ ਉਹ ਕੜੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਹੋਏ ਨਜ਼ਰ ਆ ਰਹੇ ਹੈਗੇ ਆ। ਹਾਲਾਂਕਿ ਲੰਬੀਆਂ ਕਤਾਰਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਔਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਜਿਹੜਾ ਇੱਥੇ ਮੌਜੂਦ ਹੈਗਾ। ਜੀ ਸ਼ਰਮਿਲਾ, ਸਨੀ, ਜਾਣਨਾ ਚਾਹਾਂਗੇ ਜਿਹੜੀ ਇਹ ਝੜਪ ਹੋਈ ਹੈ ਇਸ ਵਿੱਚ ਕਿਸੇ ਤਰੀਕੇ ਦਾ ਕੋਈ ਨੁਕਸਾਨ ਵੀ ਵੇਖਿਆ ਗਿਆ? ਸ਼ਰਮਿਲਾ, ਦੇਖਿਆ ਜਾਵੇ ਤਾਂ ਕਿਉਂਕਿ ਪੰਚਾਇਤੀ ਚੋਣਾਂ ਦਾ ਅੱਜ ਨੋਮੀਨੇਸ਼ਨ ਦਾ ਅਖੀਰਲਾ ਦਿਨ ਹੈਗਾ, ਤਾਂ ਜਿਸ ਨੂੰ ਲੈ ਕੇ ਜਿਹੜਾ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਨੇ ਉਹ ਨੋਮੀਨੇਸ਼ਨ ਸੈਂਟਰ ਦੇ ਬਾਹਰ ਲੱਗੀਆਂ ਹੋਈਆਂ, ਤਾਂ ਜਿਸ ਦੇ ਕਰਕੇ ਜਿਹੜਾ ਝੜਪ ਜਿਹੜੀ ਹੈ ਉੱਥੋਂ ਸਾਹਮਣੇ ਆਈ ਹੈਗੀ ਹੈ। ਕਿਉਂਕਿ ਔਰ ਗੱਲ ਕਰੀਏ ਤਾਂ ਮਮਦੋੜ ਦੇ ਪੰਚਾਇਤੀ ਚੋਣਾਂ ਦੇ ਵਿੱਚ ਇਹ ਜਿਹੜੀ ਹੈ ਉਹ ਗੱਲ ਹੋਈ ਹੈ ਔਰ ਇਹ ਮਾਰਕੀਟ ਕਮੇਟੀ ਦਫ਼ਤਰ ਦੀ ਜਿਹੜੀ ਹੈ ਵੀਡੀਓ ਦੱਸੀ ਜਾ ਰਹੀ ਹੈਗੀ ਹੈ। ਕਿਉਂਕਿ ਵੱਖ ਵੱਖ ਥਾਵਾਂ ਦੇ ਉੱਪਰ ਵੱਖ ਵੱਖ ਜਿੱਥੇ ਨੋਮੀਨੇਸ਼ਨ ਸੈਂਟਰ ਇਹ ਬਣੇ ਹੋਏ ਆ, ਜਿੱਥੇ ਨੋਮੀਨੇਸ਼ਨ ਹੋਣ ਦੀ ਪਈ ਹੈ, ਜਿੱਥੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਔਰ
ਇਹ ਨੋਮੀਨੇਸ਼ਨ ਜਿੱਥੇ ਭਰੇ ਜਾ ਰਹੇ ਹੈਗੇ ਆ ਔਰ ਕਈ ਥਾਵਾਂ ਦੇ ਉੱਪਰ ਪੁਲਿਸ ਦੇ ਵੱਲੋਂ ਸਖਤੀ ਕੀਤੀ ਗਈ ਹੋਈ ਆ ਔਰ ਕਈ ਥਾਵਾਂ ਦੇ ਉੱਪਰ ਬਾਹਰ ਜਿਹੜੀਆਂ ਲੰਬੀਆਂ ਕਤਾਰਾਂ ਲੱਗੀਆਂ ਤਾਂ ਉੱਥੇ ਕਾਫੀ ਭੀੜ ਜਿਹੜੀ ਆ ਉਹ ਖੜੀ ਹੋਈ ਹੈ ਤਾਂ ਉੱਥੋਂ ਜਿਹੜੀ ਆ ਮੰਦੋੜ ਤੋਂ ਇਹ ਜਿਹੜੀ ਝੜਪ ਦੀ ਖਬਰ ਹੈ ਉਹ ਸਾਹਮਣੇ ਆਈ ਹੋਈ ਹੈ। ਸਰ ਇਹ ਜਾਨਣਾ ਚਾਹਾਂਗੇ ਜਿਸ ਤਰ੍ਹਾਂ ਅੱਜ ਆਖਰੀ ਦਿਨ ਔਰ ਆਖਰੀ ਦਿਨ ਬੇਹੱਦ ਗਹਿਮਾ ਗਹਿਮੀ ਦਾ ਮਾਹੌਲ ਵੀ ਇੱਥੇ ਨਜ਼ਰ ਆ ਰਿਹਾ, ਤਸਵੀਰਾਂ ਦੇ ਵਿੱਚ ਵੀ ਅਸੀਂ ਵੇਖ ਪਾ ਰਹੇ ਹਾਂ, ਤਾਂ ਪੁਲਿਸ ਪ੍ਰਸ਼ਾਸਨ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਇੱਥੇ? ਕਿਉਂਕਿ ਹਾਲਾਂਕਿ ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਪ੍ਰਬੰਧ ਭਾਵੇਂ ਪੁਖਤਾ ਨੇ, ਪਰ ਉਸਦੇ ਵਿਚਾਲੇ ਵੀ ਝੜਪ ਵੇਖੀ ਗਈ। ਬਿਲਕੁਲ, ਦੇਖਿਆ ਜਾਵੇ ਤਾਂ ਸ਼ਰਮਿਲਾ ਮਮਦੂੜ ਦੇ ਵਿੱਚ ਪੁਲਿਸ ਬਲ ਹਾਲਾਂਕਿ ਖੜਾ ਹੋਇਆ, ਪਰ ਫਿਰ ਵੀ ਜਿਹੜੀ ਇਹ ਝੜਪ ਹੈ ਉਹ ਹੋਈ ਹੈ, ਪਰ ਜ਼ਿਆਦਾ ਪੁਲਿਸ ਬਲ ਜੇ ਅਸੀਂ ਗੱਲ ਕਰੀਏ ਤਾਂ ਜ਼ੀਰਾ ਦੇ ਵਿੱਚ ਇੱਥੇ ਖੜਾ ਹੋਇਆ। ਔਰ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹੈਗੇ ਆ, ਤੁਸੀਂ ਦੇਖ ਸਕਦੇ ਹੈਗੇ ਹੋ ਕਿ ਗੱਡੀਆਂ ਜਿਹੜੀਆਂ ਨੇ ਪੁਲਿਸ ਬਲ ਦੀਆਂ ਜਿਹੜੀਆਂ ਇੱਥੇ ਖੜੀਆਂ ਹੋਈਆਂ ਨੇ। ਦੂਜੇ ਪਾਸੇ ਦੀ ਤਸਵੀਰ ਦਿਖਾਵਾਂਗੇ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਇੱਥੇ ਨੋਮੀਨੇਸ਼ਨ ਦੇ ਲਈ ਜਿਹੜਾ ਪਹੁੰਚੇ ਹੋਏ ਨੇ। ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਲੰਬੀਆਂ ਲਾਈਨਾਂ ਜਿਹੜੀਆਂ ਨੇ ਉਹ ਇੱਥੇ ਲੱਗੀਆਂ ਹੋਈਆਂ, ਮਹਿਲਾਵਾਂ ਦੀ ਵੱਖਰੀ ਲਾਈਨ ਜਿਹੜੀ ਆ ਉਹ ਲੱਗੀ ਹੋਈ ਆ, ਔਰ ਜੈਂਟਸ ਦੀ ਜਿਹੜੀ ਵੱਖਰੀ ਲਾਈਨ ਲੱਗੀ ਹੋਈ ਆ, ਔਰ ਵੱਡੀ ਗਿਣਤੀ ਦੂਰ ਤੱਕ ਜਿੱਥੋਂ ਤੱਕ ਨਜ਼ਰ ਮਾਰੀਏ ਤਾਂ ਲਾਈਨ ਜਿਹੜੀ ਆ ਉਹ ਨਜ਼ਰ ਆਉਂਦੀ ਹੈਗੀ ਆ। ਤਾਂ ਪੁਲਿਸ ਬਲ ਜਿਹੜਾ ਇੱਥੇ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਹੈਗਾ, ਔਰ SSP ਫਿਰੋਜ਼ਪੁਰ ਸੋਮਿਆ ਮਿਸ਼ਰਾ ਵੀ ਖੁਦ ਇੱਥੇ ਜਿਹੜਾ ਇੱਥੇ ਪਹੁੰਚੇ ਹੈਗੇ ਨੇ। ਔਰ ਵੱਖਰੇ ਵੱਖਰੇ ਜੇ ਗੱਲ ਕਰੀਏ ਜਿਨ੍ਹਾਂ ਨੇ ਨੋਮੀਨੇਸ਼ਨ ਭਰਨੇ ਹੈਗੇ ਆ ਵੱਖ ਵੱਖ ਪਿੰਡਾਂ ਤੋਂ, ਉਹ ਜਿਹੜਾ ਇੱਥੇ ਪਹੁੰਚੇ ਹੋਏ ਆ, ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ, ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਆ। ਔਰ SSP ਫਿਰੋਜ਼ਪੁਰ ਸੋਮਿਆ ਮਿਸ਼ਰਾ ਜਿਹੜੀ ਆ ਅਗਵਾਈ ਕਰ ਰਹੇ ਹੈਗੇ ਆ ਇੱਥੇ ਜ਼ੀਰਾ ਦੇ ਵਿੱਚ, ਔਰ ਵੱਖ ਵੱਖ ਥਾਵਾਂ ਦੇ ਉੱਪਰ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ ਵੱਖ ਥਾਵਾਂ ਦੇ ਉੱਪਰ ਜਿਹੜੀ ਹੈ ਨੋਮੀਨੇਸ਼ਨ ਉਹ ਭਰੀ ਜਾ ਰਹੀ ਹੈਗੀ ਹੈ। ਔਰ ਸਵੇਰ ਤੋਂ ਹੀ ਜੇ ਗੱਲ ਕਰੀਏ ਤਾਂ ਇਹ ਲਾਈਨਾਂ ਲੱਗੀਆਂ ਹੋਈਆਂ ਨੇ, ਸਵੇਰ ਤੋਂ ਲਾਈਨਾਂ ਦੇ ਵਿੱਚ ਲੱਗ ਕੇ ਲੋਕ ਆਪਣੀ ਜਿਹੜੀ ਫਾਈਲਾਂ ਨੇ ਉਹ ਜਮ੍ਹਾਂ ਕਰਾ ਰਹੇ, ਕਿਉਂਕਿ ਪੰਚੀ ਨੂੰ ਲੈ ਕੇ ਸਰਪੰਚ ਨੂੰ ਲੈ ਕੇ ਪੰਚਾਂ ਨੂੰ ਲੈ ਕੇ ਜਿਹੜੀਆਂ ਫਾਈਲਾਂ ਨੇ ਉਹ ਭਰੀਆਂ ਜਾ ਰਹੀਆਂ ਹੈਗੀਆਂ। ਔਰ ਅੱਜ ਅਖੀਰਲਾ ਦਿਨ ਹੈਗਾ ਤਾਂ ਇਸੇ ਕਰਕੇ ਜਿਹੜੀ ਅੱਜ ਭੀੜ ਹੈ, ਕਿਉਂਕਿ ਪਹਿਲੇ ਦੋ ਦਿਨ ਜਿਹੜੀ ਆ ਛੁੱਟੀ ਹੈਗੀ ਸੀਗੀ ਜਿਹਦੇ ਕਰਕੇ ਅੱਜ ਜਿਹੜੀ ਭੀੜ ਹੈ ਉਹ ਨਜ਼ਰ ਆ ਰਹੀ ਹੈਗੀ ਹੈ। ਔਰ 15 ਤਰੀਕ ਨੂੰ ਜਿਹੜੀਆਂ ਵੋਟਾਂ ਪੈਣੀਆਂ, ਸ਼ਾਮ ਨੂੰ ਰਿਜ਼ਲਟ ਆਉਣਾ ਹੈਗਾ। ਅੱਜ ਨਾਮਜ਼ਦਗੀ ਜਿਹੜੇ ਪੱਤਰ ਆ ਭਰੇ ਜਿਹੜੇ ਜਾ ਚੁੱਕੇ ਹੋਏ ਆ, ਤਾਂ ਉਸ ਤੋਂ ਬਾਅਦ ਜਿਹੜੀ ਹੈ ਪੜਤਾਲ ਹੋਊਗੀ, ਤਾਂ ਜਿਹੜੇ ਰਹਿ ਜਾਣਗੇ ਉਹਨਾਂ ਦੀਆਂ ਚੋਣਾਂ ਜਿਹੜੀਆਂ ਨੇ ਉਹ 15 ਤਰੀਕ ਨੂੰ ਹੋਣਗੀਆਂ, ਔਰ ਸ਼ਾਮ ਨੂੰ ਜਿਹੜਾ ਰਿਜ਼ਲਟ ਆ ਜਾਏਗਾ। ਜੀ ਸਨੀ, ਜਾਨਣਾ ਚਾਹਾਂਗੇ ਜਿਸ ਤਰ੍ਹਾਂ ਬੀਤੇ ਦਿਨਾਂ ਦੇ ਵਿੱਚ ਇਹ ਵੀ ਵੇਖਿਆ ਗਿਆ ਕਿ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਉਮੀਦਵਾਰਾਂ ਦੇ ਵੱਲੋਂ, ਕਿ ਬਿਲਕੁਲ ਉਹਨਾਂ ਦੇ ਵੱਲੋਂ ਜਿਹੜੇ ਨੇ ਇਲਜ਼ਾਮ ਲਗਾਏ ਗਏ ਕਿ ਉਹਨਾਂ ਨੂੰ NOC ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ, ਤਾਂ ਇਸੇ ਦੇ ਵਿਚਾਲੇ ਲਗਾਤਾਰ ਹੰਗਾਮੇਦਾਰ ਨਾਮਜ਼ਦਗੀਆਂ ਦਾ ਦੌਰ ਵੀ ਬਰਕਰਾਰ ਹੈ। ਤਾਂ ਪੰਚਾਇਤੀ ਚੋਣਾਂ ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ ਹੈ। ਜਗਰਾਉਂ ਦੇ 81 ਪਿੰਡਾਂ ਦੇ ਲੋਕ ਕਾਗਜ਼ ਭਰਨ ਦੇ ਲਈ ਉਡੀਕ ਦੇ ਵਿੱਚ ਨੇ।